ਹੈਲੋ ਫਰੈਂਡਸ ਅੱਜ ਆਪਾਂ ਗੱਲ ਕਰਦੇ ਆਂ ਅਲਬਰਟਾ ਦੀ ਟੂਰਿਜ਼ਮ ਤੇ ਹੌਸਪਿਟੈਲਿਟੀ ਸਟ੍ਰੀਮ ਜਿਹੜੀ ਅੱਜ ਹੀ ਲਾਂਚ ਹੋਈ ਹੈ ਮਾਰਚ 1 2024 ਨੂੰ ਜਦੋਂ ਮੈਂ ਇਹ ਵੀਡੀਓ ਰਿਕਾਰਡ ਕਰ ਰਿਹਾ ਹਾਂ ਸੋ ਇਹਦੇ ਵਿੱਚ ਆਪਾਂ ਪੂਰੀ ਡਿਟੇਲ ਚ ਗੱਲ ਕਰਾਂਗੇ ਜਿਹੜੀ ਇਸ ਸਟ੍ਰੀਮ ਬਾਰੇ ਕੀ ਐਲੀਜੀਬਿਲਟੀ ਹੈ ਵਰਕ ਐਕਸਪੀਰੀਅੰਸ ਕਿੰਨਾ ਚਾਹੀਦਾ ਹੈ ਤੇ এমপ্লয়ার ਦੀ ਕੀ ਰਿਕੁਆਇਰਮੈਂਟਸ ਹੈ ਤੇ ਕਿਵੇਂ ਪ੍ਰੋਸੈਸ ਹੈ ਇਹਨੂੰ ਐਪਲੀਕੇਸ਼ਨ ਸਬਮਿਟ ਕਰਨ ਦਾ ਜਿਵੇਂ ਕਿ ਮੈਂ ਦੇਖ ਰਿਹਾ ਸੀ ਵੈਬਸਾਈਟ ਤੇ ਇਹਦੇ ਵਿੱਚ ਅਪ੍ਰੋਕਸੀਮੇਟਲੀ ਉਹਨਾਂ ਨੇ ਕਿਹਾ ਕਿ ਅਸੀਂ 659 ਮਿਨਿਮਮ ਇਹਨਾਂ ਨੇ ਨੋਮੀਨੇਸ਼ਨਸ ਲੈਣੀਆਂ ਇਸ ਪਾਰਟਿਕਲ ਸਟ੍ਰੀਮ ਦੇ ਵਿੱਚ ਤੇ ਇਨੀਸ਼ੀਅਲੀ ਇਹ 500 ਜਿਹੜੇ ਨੋਮੀਨੇਸ਼ਨਸ ਲੈਣਗੇ ਤੇ ਉਸ ਤੋਂ ਬਾਅਦ ਇਹ ਐਕਸਟੈਂਡ ਵੀ ਕਰ ਸਕਦੇ ਹੈਗੇ ਆ ਆਪਾਂ ਇਹਦੇ ਬਾਰੇ ਪੂਰੀ ਡਿਟੇਲ ਚ ਗੱਲ ਕਰਾਂਗੇ ਸੋ ਅੱਜ ਹੀ ਇਹ ਸਟ੍ਰੀਮ ਲਾਂਚ ਹੋਈ ਹੈ ਸੋ ਬਿਫੋਰ ਦੈਟ ਲੈਟ ਮੀ ਇੰਟਰੋਡਿਊਸ ਮਾਈਸੈਲਫ ਮੇਰਾ ਨਾਮ ਹੈ ਦਿਲ ਸੰਧੂ ਤੇ ਮੈਂ ਸੀਆਈਸੀਸੀ ਲਾਇਸੈਂਸਡ ਇਮੀਗ੍ਰੇਸ਼ਨ ਕੰਸਲਟੈਂਟ ਬੇਸਡ ਆਊਟ ਆਫ ਅੰਟਾਰੀਓ ਕੈਨੇਡਾ ਤੇ ਮੈਂ ਕਾਫੀ ਵੀਡੀਓਜ਼ ਬਣਾਈਆਂ ਹੈਗੀਆਂ ਔਨ 올 ਡਿਫਰੈਂਟ ਪੀਐਨਪੀ ਪ੍ਰੋਗਰਾਮਸ ਤੇ ਤੁਸੀਂ ਜ਼ਰੂਰ ਚੈੱਕ ਕਰੋ ਐਂਡ ਸਬਸਕ੍ਰਾਈਬ ਟੂ ਦ ਚੈਨਲ ਤੇ ਮੈਂ ਪਲੇਲਿਸਟ ਵੀ ਕ੍ਰੀਏਟ ਕੀਤੀ ਹੈ ਹਰ ਇੱਕ ਜਿਹੜਾ ਪ੍ਰੋਵਿੰਸ ਚ ਜਿਹੜੀ ਵੀ ਪੀਐਨਪੀਸ ਹੈਗੀਆਂ ਮੋਸਟਲੀ ਮੈਂ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋ ਵਿਦਆਊਟ ਐਨੀ ਫਰਦਰ ਡੂ ਲੈਟਸ ਡਾਈਵ ਇਨਟੂ ਟੁਡੇਜ਼ ਜਿਹੜਾ ਆਪਾਂ ਪ੍ਰੈਜੈਂਟੇਸ਼ਨ ਆ ਪਨਮਿਸਟਰੀਮ ਬਾਰੇ ਗੱਲ ਕਰਦੇ ਆ। ਸੋ ਹੁਣ ਆਪਾਂ ਗੱਲ ਕਰਦੇ ਆ ਅਲਬਰਟਾ ਟੂਰਿਜ਼ਮ ਤੇ ਹੌਸਪੀਟੈਲਿਟੀ ਸਟ੍ਰੀਮ ਬਾਰੇ ਜਿਹੜੀ ਅੱਜ ਲਾਂਚ ਹੋਈ ਹੈ ਮਾਰਚ 1 2024 ਨੂੰ। ਸੋ ਸਭ ਤੋਂ ਪਹਿਲਾਂ ਵਰਕ ਐਕਸਪੀਰੀਅੰਸ ਉਹ ਕਹਿ ਰਹੇ ਆ ਕਿ ਐਟ ਦਾ ਟਾਈਮ ਯਰ ਐਪਲੀਕੇਸ਼ਨ ਇਜ਼ ਸਬਮਿਟਡ ਜਦੋਂ ਤੁਸੀਂ ਐਪਲੀਕੇਸ਼ਨ ਸਬਮਿਟ ਕੀਤੀ ਹੈ ਤੇ ਜਿਸ ਟਾਈਮ ਤੇ ਤੁਹਾਡੀ ਐਪਲੀਕੇਸ਼ਨ ਐਕਸੈਸ ਕਰ ਰਿਆ ਹੈਗਾ ਅਲਬਰਟਾ ਉਦੋਂ ਤੁਹਾਡੇ ਕੋਲੇ ਯੂ ਮਸਟ ਹੈਵ ਬੀਨ ਵਰਕਿੰਗ ਤੁਸੀਂ ਫੁੱਲ ਟਾਈਮ ਕੰਮ ਕਰਦੇ ਹੋਣਾ ਚਾਹੀਦੇ ਹੋ ਵਿਦਨ ਅਪਰੂਵ ਟੂਰਿਜ਼ਮ ਤੇ ਹੌਸਪੀਟੈਲਿਟੀ in one of the eligible occupation ਇਹਦੇ ਵਿੱਚ 18 एलिजिबल ऑक्युपेशन ਹੈ ਤੇ ਤੁਸੀਂ ਘੱਟੋ ਘੱਟ 6 ਮਹੀਨੇ ਫੁੱਲ ਟਾਈਮ ਕੰਮ ਕੀਤਾ ਹੋਣਾ ਚਾਹੀਦਾ ਐਟ ਦਾ ਟਾਈਮ ਆਫ ਐਪਲੀਕੇਸ਼ਨ ਉਸ ਤੋਂ ਪਹਿਲਾਂ ਤੁਸੀਂ 6 ਮਹੀਨੇ ਕੰਟੀਨਿਊਸ ਯਾਨੀ ਕਿ ਤੁਹਾਡੀ ਬ੍ਰੇਕ ਹੈਗੀ ਹੈ 3 ਮਹੀਨੇ ਕੰਮ ਕੀਤਾ ਫਿਰ ਛੱਡਤਾ ਫਿਰ 3 ਮਹੀਨੇ ਕੰਮ ਕੀਤਾ ਸੋ ਇੱਕ ਤਾਂ ਰਿਕੁਆਇਰਮੈਂਟ ਹੈ ਦੂਜੀ ਹੈ ਕਿ ਜਿਹੜਾ ਵਰਕ ਐਕਸਪੀਰੀਅੰਸ ਹੈ must have been with the same employer as your current Alberta job offer ਜਿਹੜੇ ਤੁਹਾਨੂੰ এমਪਲੋਇਰ ਨੇ ਜੌਬ ਆਫਰ ਦਿੱਤੀ ਤੁਸੀਂ ਉਹਦੇ ਨਾਲ ਹੀ ਕੰਮ ਕੀਤਾ ਹੋਣਾ ਚਾਹੀਦਾ ਇਹ ਨਹੀਂ ਕਿ ਤੁਸੀਂ ਕਿਸੇ ਪਹਿਲਾਂ ਕਿਤੇ ਹੋਰ ਕੰਮ ਕੀਤਾ ਹੈ ਜਾਂ ਕਿਸੇ ਹੋਰ ਪ੍ਰੋਵਿੰਸਟ ਕੰਮ ਕੀਤਾ ਹੈ ਜਾਂ ਤੁਸੀਂ ਅਲਬਰਟਾ 'ਚ ਕਿਸੇ ਹੋਰ এমਪਲੋਇਰ ਨਾਲ ਕੰਮ ਕੀਤਾ ਸੋ ਉਹ ਨਹੀਂ ਚੱਲੂਗਾ ਤੇ ਪੇਡ ਹੋਣਾ ਚਾਹੀਦਾ ਤੇ ਤੁਹਾਡੇ ਕੋਲੇ ਜਿਹੜਾ ਵੈਲਿਡ ਤੁਹਾਡਾ ਟੈਂਪਰੇਰੀ ਸਟੇਟਸ ਹੋਣਾ ਚਾਹੀਦਾ ਫਿਰ ਆ ਕਰੰਟ এমਪਲੋਇਮੈਂਟ ਉਹ ਕਹਰੇ ਐਟ ਦਾ ਟਾਈਮ ਜੇ ਤੁਸੀਂ ਐਪਲੀਕੇਸ਼ਨ ਸਬਮਿਟ ਕੀਤੀ ਹੈ ਤਾਂ ਜਦੋਂ ਤੁਹਾਡੀ ਐਪਲੀਕੇਸ਼ਨ ਅਸੈਸ ਹੋਈ ਆ you must be living and working in alberta ਤੁਸੀਂ ਉੱਥੇ ਹੀ ਰਹਿੰਦੇ ਹੋਣੇ ਚਾਹੀਦੇ ਤੇ ਕੰਮ ਕਰਦੇ ਹੋਣੇ ਚਾਹੀਦੇ ਇਨਾਂ ਨੇ एलिजिबल ਓਕਿਪੇਸ਼ਨ ਜਿਹੜਾ ਅਪਰੂਵ ਕੀਤਾ ਟੂਰਿਜ਼ਮ ਤੇ ਹਸਪੀਟੈਲਿਟੀ ਪਲੋਰ ਤੇ ਜਿਹੜੀ ਦੂਜੀ ਚੀਜ਼ ਹੈਗੀ ਹੈ ਜਿਹੜੀ ਕਾਫੀ ਡਿਸਪਾਇਨਟਿੰਗ ਹੈਗੀ ਹੈ ਉਹ ਹੈਗੀ ਹੈ ਕਿ you must have a valid work permit based on lmi a right ਪੋਜ਼ਿਟਿਵ lmi a ਦੇ ਬੇਸ ਤੇ ਤੁਹਾਨੂੰ एलिजिबल ਓਕਿਪੇਸ਼ਨ ਚ ਹੋਣਾ ਚਾਹੀਦਾ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਹੈਗਾ ਕਿ ਤੁਸੀਂ ਮੇਨਟੇਨ ਸਟੇਟਸ ਤੇ ਨਹੀਂ ਹੋ ਸਕਦੇ ਹੁਣ ਆਪਾਂ ਗੱਲ ਕਰਦੇ ਹਾਂ ਜੌਬ ਆਫਰ ਜਾਂ ਇਮਪਲੋਇਮੈਂਟ ਕੰਟਰੈਕਟ ਦੀ Osionfish. at the time ਜਦੋਂ ਤੁਹਾਡੀ ਐਪਲੀਕੇਸ਼ਨ ਸਬਮਿਟ ਹੋਈ ਹੈ ਤੇ ਜਿਸ ਟਾਈਮ ਉਹ ਅਸੈਸ ਕਰਦਾ ਹੈ ਤੁਹਾਡੀ ਐਪਲੀਕੇਸ਼ਨ ਦੇ ਤੁਹਾਡੇ ਕੋਲੇ ਫੁੱਲ ਟਾਈਮ ਜੌਬ ਆਫਰ ਹੋਣੀ ਚਾਹੀਦੀ ਆ ਫਾਰ ਵਰਕ ਇਨ ਐਨ ਐਲੀਜੀਬਲ ਓਕੂਪੇਸ਼ਨ ਪਹਿਲੀ ਗੱਲ ਦੂਜੀ ਗੱਲ ਉਸੇ ਏਮਪਲੋਇਰ ਨਾਲ ਜਿੰਨੇ ਤੁਹਾਨੂੰ ਜਿਹਦੇ ਤੁਹਾਡਾ ਪੁਰਾਣਾ 6 ਮੰਥ ਦਾ ਕੰਟੀਨਿਊਸ ਵਰਕ ਐਕਸਪੀਰੀਅੰਸ ਸੀਗਾ ਤੇ ਉਹ ਤੁਹਾਡੀ ਕਰੰਟ ਏਮਪਲੋਇਮੈਂਟ ਵੀ ਹੋਣੀ ਚਾਹੀਦੀ ਆ ਤੇ ਦੂਜੀ ਗੱਲ ਉਹ ਕਰ ਰਿਹਾ ਕਿ ਜਿਹੜੀ ਜੌਬ ਆਫਰ ਹੋਣੀ ਚਾਹੀਦੀ ਹੈਗੀ ਹੈ ਫਰਮ ਐਨ ਐਲੀਜੀਬਲ ਜਿਹੜਾ ਅਲਬਰਟਾ ਏਮਪਲੋਇਰ ਹੈ ਮਸਟ ਬੀ ਕੰਟੀਨਿਊਸ ਪੇਡ ਵਰਕ ਰਾਈਟ ਤੇ ਫੁੱਲ ਟਾਈਮ ਹੋਣਾ ਚਾਹੀਦਾ ਜਿਹਨੂੰ ਆਪਾਂ ਕਹਿੰਦੇ ਆ ਮਿਨਿਮਮ 30 ਆਵਰਸ ਪਰ ਵੀਕ ਤੇ ਜਿਹੜਾ এমਪਲੋਇਮੈਂਟ ਹੋਣਾ ਚਾਹੀਦਾ ਮਿਨਿਮਮ 12 ਮੰਥਸ অর ਮੋਰ ਔਰ ਜਾਂ ਇਨਡਟਰਮੀਨਟ ਹੋਏ ਤੇ ਜਿਹੜੇ ਵੇਜਿਸ ਐ ਜਾਂ ਬੈਨੀਫਿਟਸ ਐ ਉਹ ਐਕਸੀਡ ਕਰਨੇ ਚਾਹੀਦੇ ਐ ਪ੍ਰੋਵਿੰਸ਼ਲ ਮਿਨਿਮਮ ਪੇਜ ਜਾਂ ਮੀਟ অর ਐਕਸੀਡ ਦ ਰਿਕੁਆਇਰਮੈਂਟ ਸੈਟ ਇਨ ਦ ਐਲਐਮਆਈਏ ਇਫ ਐਪਲੀਕੇਬਲ ਜਾਂ ਮੀਟ অর ਐਕਸੀਡ ਦ ਲੋਏਸਟ ਸਟਾਰਟਿੰਗ ਵੇਜ ਆਫ ਯਰ ਓਕਿਊਪੇਸ਼ਨ ਕross ਆਲ ਇੰਡਸਟਰੀ ਇਨ ਦ ਅਲਬਰਟਾ ਐਸ ਸੈਟ ਆਊਟ ਇਨ ਦ ਐਲਿਸ ਵੈਬਸਾਈਟ ਰਾਈਟ ਸੋ ਆਹ ਕੁਸ਼ ਹੁਣ ਆਪਾਂ ਗੱਲ ਕਰਦੇ ਆ ਐਲੀਜੀਬਲ ਓਕਿਊਪੇਸ਼ਨਸ ਦੀ ਤੁਸੀਂ ਦੇਖ ਰਹੇ ਹੋ ਕਿ ਇਹਦੇ ਵਿੱਚ 18 ਜਿਹੜੇ ਹੈਗੇ ਓਕਿਊਪੇਸ਼ਨਸ ਐਲੀਜੀਬਲ ਹੈਗੇ ਆ ਤੇ ਪੰਜ ਓਕਿਊਪੇਸ਼ਨਸ ਐਸੇ ਜਿਹੜੇ ਹਾਈ ਸਕਿੱਲ ਚਾਹੁੰਦੇ ਜਿਵੇਂ ਰੈਸਟੋਰੈਂਟ ਤੇ ਫੂਡ ਸਰਵਿਸ ਮੈਨੇਜਰ ਹੋ ਗਿਆ ਕੰਮੋਡੀਸ਼ਨ ਸਰਵਿਸ ਮੈਨੇਜਰ ਹੋ ਗਿਆ ਫੂਡ ਸਰਵਿਸ ਸੁਪਰਵਾਈਜ਼ਰ ਹੋ ਗਿਆ ਸ਼ੈਫਸ ਹੋ ਗਏ ਕੁਕਸ ਹੋ ਗਏ ਰਾਈਟ ਸੋ ਮੇਕ ਸ਼ੋਰ ਕਿ ਤੁਸੀਂ ਇਹਨਾਂ ਦੇ ਵਿੱਚੋਂ ਹੀ ਤੁਹਾਡਾ ਜਿਹੜਾ ਐਕਸਪੀਰੀਅੰਸ ਹੋਏ ਤੇ ਉਹੀ ਜਦ ਤੁਹਾਨੂੰ ਜੌਬ ਆਫਰ ਇਸੇ ਪਾਰਟਿਕੂਲਰ ਓਕਿਊਪੇਸ਼ਨ ਜਿਹੜੇ ਐਲੀਜੀਬਲ ਉਹਨਾਂ ਚ ਹੀ ਹੋਣੇ ਚਾਹੀਦੀ ਹੈਗੀ ਹੁਣ ਆਪਾਂ ਗ ਜੇ ਤੁਹਾਡੀ ਜੌਬ ਆਫਰ ਯੂ ਨੋ 3 ਘੰਟੇ ਤੋਂ ਘੱਟ ਹੈ ਜਾਂ ਪਾਰਟ ਟਾਈਮ ਹੈ ਜਾਂ ਕੈਜੂਅਲ ਹੈ ਜਾਂ ਇੰਡੀਪੈਂਡੈਂਟ ਕੰਟਰੈਕਟਰ ਹੋ ਤੁਸੀਂ ਯੂ ਆਰ ਨਾਟ ਐਲੀਜੀਬਲ ਜਾਂ ਫਿਰ ਜੇ ਤੁਸੀਂ EMPLOYEES ਹੈਗੇ ਹੋ ਤੁਹਾਡਾ ਜਿਹੜਾ ਜਿੱਥੇ ਤੁਸੀਂ ਕੰਮ ਕਰ ਰਹੇ ਹੋ ਉਹ ਜ਼ੋਨਟ ਨਹੀਂ ਹੈਗਾ ਕਮਰਸ਼ੀਅਲ ਜਾਂ ਇੰਡਸਟਰੀਅਲ ਆਪਰੇਸ਼ਨਸ ਲਈ ਜਿਵੇਂ ਹੋਮ ਬੇਸਡ ਬਿਜ਼ਨਸ ਤੁਸ ਤਾਂ ਵੀ ਐਲੀਜੀਬਲ ਨਹੀਂ ਹੋ ਰਾਈਟ ਜੇ ਤੁਸੀਂ ਵਰਚੂਅਲੀ ਕੰਮ ਕਰ ਰਹੇ ਹੋ ਸੋ 올 ਆਫ ਦੋਸ ਕਾਈਂਡ ਆਫ ਜਾਂ ਟੈਲੀਕਮਿਊਟਿੰਗ ਕਰ ਰਹੇ ਹੋ ਫ্রম ਅ ਲੋਕੇਸ਼ਨ ਆਊਟਸਾਈਡ ਅਲਬਰਟਾ ਤਾਂ ਵੀ ਤੁਸੀਂ ਐਲੀਜੀਬਲ ਨਹੀਂ ਹੋ ਹੁਣ ਗੱਲ ਕਰੀਏ ਲੈਂਗੁਏਜ ਰਿਕੁਆਇਰਮੈਂਟਸ ਲੈਂਗੁਏਜ ਰਿਕੁਆਇਰਮੈਂਟਸ ਉਹ ਕਹ ਰਹੇ ਮਿਨਿਮਮ 4 ਚਾਹੀਦੀ ਹੈ ਜਾਂ ਇੰਗਲਿਸ਼ ਹੋਣੀ ਚਾਹੀਦੀ ਆ ਸੀਐਲਬੀ 4 ਜਾਂ ਫ੍ਰੈਂਚ ਹੋਣੀ ਚਾਹੀਦੀ ਆ ਤੁਸੀਂ ਦੇਖ ਰਹੇ ਹੋ ਕਿ ਆ ਜਿਹੜੇ ਚਾਰ ਟੈਸਟ ਆ ਉਹ ਹੀ ਐਲੀਜੀਬਲ ਹੈਗੇ ਪੀਅਰਸਨ ਹਜੇ ਇਹਨਾਂ ਨੇ ਐਡ ਨਹੀਂ ਕੀਤਾ ਇਹਦੇ ਵਿੱਚ ਸੋ ਐਸ ਪਰ ਦਾ ਕਰੰਟ ਜਿਹੜੀ ਅੱਜ ਮੈਂ ਜੋ ਰਿਕਾਰਡ ਕਰ ਰਿਹਾ ਜੀਜ਼ ਆਫ ਦਾ ਫੋਰ ਟੈਸਟ ਵਿਚ ਆਰ ਐਲੀਜੀਬਲ ਫਾਰ ਦਸ ਹੁਣ ਆਪਾਂ ਗੱਲ ਕਰੀਏ ਐਜੂਕੇਸ਼ਨ ਰਿਕੁਆਇਰਮੈਂਟਸ ਦੀ ਜਿਆਦਾ ਤੁਹਾਡੇ ਕੋਲੇ ਮਿਨਿਮਮ ਹਾਈ ਸਕੂਲ ਡਿਪਲੋਮਾ ਹੋਣਾ ਚਾਹੀਦਾ ਕੈਨੇਡਾ ਤੋਂ ਜਾਂ ਇਕੁਲੈਂਟ ਇਕੁਲੈਂਟ ਦਾ ਮਤਲਬ ਹੈ ਕਿ ਜੇ ਤੁਸੀਂ ਇੰਡੀਆ ਉਹ ਰਿਲੇਟਡ ਐਜੂਕੇਸ਼ਨਲ ਕ੍ਰੈਡੈਂਸ਼ਲ ਅਸੈਸਮੈਂਟ ਹੋਣੀ ਚਾਹੀਦੀ ਹੈ ਕਿ ਤੁਸੀਂ ਉਹ ਕੀਤਾ ਹੋਈ ਆ ਹੁਣ ਆਪਾਂ ਗੱਲ ਕਰਦੇ ਆ ਅਪਰੂਵਡ ਏਮਪਲੋਇਰ ਰਿਕੁਆਇਰਮੈਂਟਸ ਇਹ ਜਿਹੜੀ ਹੈਗੀ ਇਹ ਥੋੜੀ ਜਿਹੀ ਚੈਲੈਂਜਿੰਗ ਹੈਗੀ ਇਸ ਪਾਰਟਿਕুল ਸਟਰੀਮ ਲਈ ਉਹ ਕਹਿ ਰਿਹਾ ਕਿ ਜਿਹੜਾ ਤੁਹਾਡਾ ਕਰੰਟ ਏਮਪਲੋਇਮੈਂਟ ਆ ਜਿਹੜਾ ਇਹ ਬਾਟਰ ਜੌਬ ਆਫਰ ਹੈਗੀ ਆ ਮਸਟ ਬੀ ਵਿਦ ਅ ਸਿੰਗਲ ਅਪਰੂਵਡ ਜਿਹੜਾ ਟੂਰਿਜ਼ਮ ਤੇ ਹਸਪਿਟੈਲਿਟੀ ਏਮਪਲੋਇਰ ਇਹ ਨਹੀਂ ਕਿ ਤੁਸੀਂ ਕਿਸੇ ਹੋਰ ਏਮਪਲੋਇਰ ਤੋਂ ਤੁਸੀਂ ਕੰਮ ਕੀਤਾ ਤੇ ਕਿਸੇ ਹੋਰ ਏਮਪਲੋਇਰ ਲਈ ਤੁਸੀਂ ਤੁਹਾਨੂੰ ਜੌਬ ਆਫਰ ਮਿਲੇ ਹੁਣ WCB ਸੋ ਇਹ ਕਹਿ ਰਿਹਾ ਐਲੀਜੀਬਲ ਇੰਡਸਟਰੀ ਐਂਡ ਵਰਕਰਸ ਕੰਪਨਸੇਸ਼ਨ ਬੋਰਡ ਅਲਬਰਟਾ ਕਵਰੇਜ ਰਿਕੁਆਇਰਮੈਂਟਸ ਸੋ ਇਹਦੇ ਚ ਦੋ ਰਿਕੁਆਇਰਮੈਂਟਸ ਹੈਗੀਆਂ ਕਿ ਐਟ ਦਾ ਟਾਈਮ ਯੂ ਆਰ ਐਪਲੀਕੇਸ਼ਨ ਸਬਮਿਟਡ ਜਦੋਂ ਤੁਹਾਡੀ ਐਪਲੀਕੇਸ਼ਨ ਸਬਮਿਟ ਕੀਤੀ ਜਾਂ ਅਸੈਸ ਹੋ ਰਹੀ ਹੈ ਯੂ ਆਰ ਏਮਪਲੋਇਰਸ ਪ੍ਰਾਇਮਰੀ ਐਕਟੀਵਿਟੀ ਜਿਹੜੀ ਬਿਜ਼ਨਸ ਐਕਟੀਵਿਟੀ ਮਸਟ ਬਿਲੋਂਗ ਟੂ ਐਨ ਐਲੀਜੀਬਲ ਇੰਡਸਟਰੀ ਬੇਸਡ ਔਨ ਦਾ WCB ਅਲਬਰਟਾ ਇੰਡਸਟਰੀ ਕੋਡਸ ਯਾ ਐਗਜ਼ੈਮਟ ਐਕਟੀਵਿਟੀਜ਼ ਹੁਣ ਜਿਹੜੇ ਉਹ ਕਿਹੜੇ ਕਿਹੜੇ ਕੋਡਸ ਹੈਗੇ ਆ ਉਹ ਆਪਾਂ ਨੂੰ ਨੈਕਸਟ ਸਲਾਈਡ ਚ ਤੁਹਾਨੂੰ ਦਿਖਾਉਣਾ ਕਿ ਜਿਹੜੇ ਜਿਹੜੇ ਹਰੇਕ ਇੰਡਸਟਰੀ ਦੇ ਉਹਨਾਂ ਨੇ ਜਿਹੜੇ ਕੋਡ ਦਿੱਤੇ ਹੋਏ ਆ ਉਹਦੇ ਵਿੱਚ ਹੋਣਾ ਚਾਹੀਦਾ ਜਾਂ ਐਗਜ਼ਾਮ ਟੈਕਟਿਵਿਟੀਸ ਹੋਣਾ ਚਾਹੀਦਾ ਦੂਜੀ ਕਲੋ ਕਹ ਰਿਹਾ ਕਿ ਐਟ ਦਾ ਟਾਈਮ ਯਰ ਅਪਲੀਕੇਸ਼ਨ ਸਬਮਿਟਡ ਤੁਹਾਨੂੰ ਡਿਮੋਨਸਟ੍ਰੇਟ ਕਰਨਾ ਪੈਣਾ ਕਿ ਜਿਹੜਾ ਅਲਬਰਟਾ EMPLOYER ਉਹਦੇ ਕੋਲ ਵੈਲਿਡ ਜਿਹੜੀ ਹੈ WCB ਕਵਰੇਜ ਹੈਗੀ ਹੈ ਜਾਂ ਉਹ ਐਗਜ਼ੈਪਟ ਹੈਗਾ ਸੋ ਉਹਨਾਂ ਨੂੰ ਇੱਕ ਕਲੀਅਰੈਂਸ ਲੈਟਰ ਮਿਲਦੀ ਹੋਣਾ ਤੋਂ ਲੈਣੀ ਪੈਣੀ ਹੈ ਉਹ ਤੁਸੀਂ ਆਪਣੀ ਜਿਹੜੀ ਫਾਈਲ ਹੈ ਉਹਦੇ ਨਾਲ ਵੀ ਡਾਕੂਮੈਂਟ ਚੈਕਲਿਸਟ ਵੀ ਅਟੈਚ ਕਰਨੀ ਪੈਣੀ ਹੈ ਤੁਹਾਨੂੰ ਹੁਣ ਆ ਹੈਗੇ ਜਿਹੜੀ ਲਿਸਟ ਆਫ एलिਜੀਬਲ ਡਬਲਯੂ ਸੀ ਬੀ ਇੰਡਸਟਰੀਸ ਹਨ ਉਹਨਾਂ ਨੇ ਲਿਖਿਆ 뮤ਜ਼ੀਅਮ ਜਿਵੇਂ ਆਰਟ ਗੈਲਰੀਜ਼ ਆ ਤੇ ਡਬਲਯੂ ਸੀ ਇੰਡਸਟਰੀ ਕੋਡ ਹੈਗਾ 80701 ਤਾਂ ਉਹ ਕਿਹੜੀਆਂ ਐਕਟੀਵਿਟੀਜ਼ ਕਰਦੇ ਜਿਵੇਂ ਆਰਟ ਗੈਲਰੀਜ਼ ਆਰਟ 뮤ਜ਼ੀਅਮਸ ਯੂ نو 올 ਆਫ ਦੋਸ ਕਾਈਂਡ ਆਫ ਥਿੰਗਸ ਤੇ ਜੇ ਸਕੀ ਰਿਜ਼ੋਰਟ ਹੈਗੇ ਆ ਟੂ ਆਪਰੇਸ਼ਨ ਆਫ ਚੇਅਰ ਲਿਫਟਸ ਗੰਡੋਲਾ ਸਕੀ ਇਨਸਟਰਕਸ਼ਨ ਸਕੀ ਰਿਜ਼ੋਰਟਸ ਸੋ 올 ਆਫ ਦੋਸ ਕਾਈਂਡ ਆਫ ਉਹਨਾਂ ਨੇ ਮੈਂਸ਼ਨ ਕੀਤਾ ਤੇ ਉਹਨਾਂ ਨੇ ਇਹ ਵੀ ਮੈਂਸ਼ਨ ਕੀਤਾ ਕਿ ਜੇ ਕਿਸੇ EMPLOYEE ਨੂੰ ਕਨਫਿਊਜ਼ਨ ਆ ਤਾਂ ਉਹ ਕਾਲ ਕਰਕੇ ਰੀਚ ਆਊਟ ਕਰ ਸਕਦੇ ਤੇ ਦੇ ਤੇ ਸੈਕੰਡ ਰਿਕੁਆਇਰਮੈਂਟ ਸੋ ਜਿਵੇਂ ਪਹਿਲੀ ਰਿਕੁਆਇਰਮੈਂਟ ਕੀ ਸੀ ਕਿ ਜਿਹੜਾ ਜਿਹੜਾ ਏਮਪਲੋਇਰ ਹੈਗਾ ਉਹਦੇ ਕੋਲੇ ਡਬਲਯੂ ਸੀ ਬੀ ਦਾ ਕਲੀਅਰੈਂਸ ਸਰਟੀਫਿਕੇਟ ਹੋਣਾ ਚਾਹੀਦਾ ਜਾਂ ਐਗਜ਼ੈਂਪਸ਼ਨ ਜਿਹੜਾ ਅਗਰ ਹੈਗੀ ਹੈ ਤਾਂ ਉਹਦਾ ਵੀ ਕਲੀਅਰੈਂਸ ਹੋਣਾ ਚਾਹੀਦਾ ਸੋ ਸੈਕੰਡ ਜਿਹੜੀ ਰਿਕੁਆਇਰਮੈਂਟ ਹੈ ਕਿ ਸੈਕਟਰ ਐਸੋਸੀਏਸ਼ਨ ਆਫ ਟਰੈਵਲ ਅਲਬਰਟਾ ਮੈਂਬਰਸ਼ਿਪ ਰਿਕੁਆਇਰਮੈਂਟ ਉਹ ਇਹ ਕਹ ਰਿਹਾ ਕਿ ਐਟ ਦਾ ਟਾਈਮ ਆਫ ਐਪਲੀਕੇਸ਼ਨ ਸਬਮਿਟਡ ਜਿਹੜਾ ਅਲਬਰਟਾ ਏਮਪਲੋਇਰ ਹੈਗਾ ਉਹ ਇੱਕ ਪਾਰਟਿਕੂਲਰ ਜਿਹੜੀ ਐਸੋਸੀਏਸ਼ਨ ਉਹਦਾ ਮੈਂਬਰ ਹੋਣਾ ਚਾਹੀਦਾ ਰਾਈਟ and if your employer can qualify to be member ta oh must be member je oh qualify karde hai ki je ohna da jada jada sector hai ga oh qualify karda oh di koi particular association hai jehdi ohna ne list ditti hai gi hai oh de vich agar oh member ho sakda ta ohnu hona chahida je oh nahi ohnu association nu join karda ta tusi eligible nahi ho sakde application todi decline ho jani hai and agar ohna ne e vi kiah ki je jada employer hai ga ਉਹ ਕੁਆਲੀਫਾਈ ਨਹੀਂ ਕਰਦਾ ਇਹ ਮਤਲਬ ਕਿ ਉਹਦਾ ਕੋਈ ਜਿਹੜਾ ਸੈਕਟਰ ਹੈਗਾ ਜਿਹਦੇ ਵਿੱਚ ਉਹ ਕੰਮ ਕਰ ਰਿਹਾ ਉਹ ਕੁਆਲੀਫਾਈ ਨਹੀਂ ਕਰਦਾ ਇੱਕ ਪਾਰਟਿਕੂਲਰ ਅਸੋਸੀਏਸ਼ਨ ਜੁਆਇਨ ਕਰਨ ਦੇ ਤਾਂ ਦੇ ਮਸਟ ਬੀ ਇਨਕਲੂਡਡ ਐਸ ਐਨ ਐਕਸਪੀਰੀਐਂਸ ਪ੍ਰੋਵਾਈਡਰ ਔਨ ਦਾ ਟਰੈਵਲ ਅਲਬਰਟਾ ਵੈਬਸਾਈਟ ਕਿ ਉਹਨਾਂ ਨੂੰ ਇੱਕ ਤਰ੍ਹਾਂ ਦਾ ਸਨੈਪਸ਼ਾਟ ਦਿਖਾਉਣਾ ਪੈਣਾ ਕਿ ਦੇ ਆਰ ਮਸਟ ਬੀ ਇਨਕਲੂਡਡ ਜਿਹੜਾ ਐਕਸਪੀਰੀਐਂਸ ਪ੍ਰੋਵਾਈਡਰ ਹੈਗਾ ਉਹਨਾਂ ਦੀ ਟਰੈਵਲ ਅਲਬਰਟਾ ਦੀ ਜਿਹੜੀ ਵੈਬਸਾਈਟ ਹੈ ਉਹਦਾ ਲਿੰਕ ਹੈਗਾ ਉਹ ਤੁਸੀਂ ਵੈਬਸਾਈਟ ਤੋਂ ਵੀ ਚੈੱਕ ਕਰ ਸਕਦੇ ਹੋ ਜੇ ਹੁਣ ਅਪਲੀਕੇਸ਼ਨ ਦੀ ਰਿਕੁਆਇਰਮੈਂਟਸ ਇਹ ਹੈ ਕਿ ਵੀ ਤੁਸੀਂ ਜਿਹੜਾ ਜਿਹੜਾ ਨਾਰਮਲ ਸਟੈਪਸ ਹੈਗੇ ਆ ਏਆਈਪੀ ਦੇ ਵਿੱਚ ਆਨਲਾਈਨ ਪੋਰਟਲ ਦੇ ਵਿੱਚ ਤੁਸੀਂ ਆਪਣੀ ਐਪਲੀਕੇਸ਼ਨ ਲਾਉਣੀ ਹੈ ਐਪਲੀਕੇਸ਼ਨ ਕੰਪਲੀਟ ਕਰਨੀ ਹੈ ਡਾਕੂਮੈਂਟਸ ਅਪਲੋਡ ਕਰਨੇ ਆ ਤੇ ਉਸ ਤੋਂ ਬਾਅਦ ਜਦ ਤੁਸੀਂ ਸਬਮਿਟ ਕਰ ਦਿੱਤੀ ਤੇ ਤੁਹਾਨੂੰ ਐਪਲੀਕੇਸ਼ਨ ਫੀ ਪੇ ਕਰਨੀ ਹੈ 500 ਡਾਲਰਸ ਦੀ ਸੋ ਜੇ ਤੁਹਾਡੀ ਐਪਲੀਕੇਸ਼ਨ ਅਪਰੂਵ ਹੋ ਗਈ ਤੁਹਾਨੂੰ ਨੋਮੀਨੇਸ਼ਨ ਪੈਕੇਜ ਮਿਲ ਜਾਣਾ ਈਮੇਲ ਥਰੂ ਦਾ ਨੋਮੀਨੇਸ਼ਨ ਮਿਲ ਜਾਣੀ ਹੈ ਉਹਦੇ ਬੇਸ ਤੇ ਤੁਸੀਂ ਨੋਨ ਐਕਸਪ੍ਰੈਸ ਐਂਟਰੀ ਅੰਡਰ ਆਪਣੀ ਜਿਹੜੀ ਫਾਈਲ ਹੈਗੀ ਹੈ ਵਿਦਨ 6 ਮਨਸ ਲੌਨੀ ਹੈਗੇ ਸੋ ਆ ਕੁਝ ਚੀਜ਼ਾਂ ਹੈਗੀਆਂ ਜਿਹੜੀਆਂ ਯੂ ਨੀਡ ਟੂ ਟੇਕ ਕੇਅਰ ਆਫ ਤੇ ਮੈਂ ਹੁਣ ਥੋੜਾ ਜਿਹਾ ਤੁਹਾਨੂੰ ਡਾਕੂਮੈਂਟ ਚੈਕਲਿਸਟ ਵੀ ਦਿਖਾ ਦਿੰਨਾ ਹੈਗਾ ਬਾਏ ਸ਼ੇਅਰਿੰਗ ਮਾਈ ਸਕ੍ਰੀਨ ਹੁਣ ਤੁਸੀਂ ਦੇਖ ਰਹੇ ਟੂਰਿਜ਼ਮ ਤੇ ਹਸਪੀਟੈਲਿਟੀ ਸਟ੍ਰੀਮ ਦੀ ਜਿਹੜੀ ਚੈਕਲਿਸ ਸੋ ਕੁਝ ਤਾਂ ਮੈਂਡਟਰੀ ਜਿਹੜੇ ਫਾਰਮਸ ਹੈ ਜਿਹੜੇ ਉਹ ਰਿਕੁਆਇਰ ਹੈਗੇ ਉਹ ਹੈਗੇ ਵੈਲਿਡ ਪਾਸਪੋਰਟ ਚਾਹੀਦਾ ਹੈ ਵਰਕ ਪਰਮਿਟ ਚਾਹੀਦਾ ਹੈ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਉਹਦੀ ਕਾਪੀ ਚਾਹੀਦੀ ਹੈ ਰਾਈਟ ਲੈਂਗੁਏਜ ਅਸੈਸਮੈਂਟਸ ਤੇ ਜਿਹੜੇ ਡਾਕੂਮੈਂਟਸ ਚਾਹੀਦੇ ਆ ਤੁਹਾਡੇ এডਿਕੇਸ਼ਨ ਕ੍ਰੈਡੈਂਸ਼ਲ ਚਾਹੀਦੇ ਜੇ ਕੈਨੇਡਾ ਤੋਂ ਹੀ ਕੀਤੀ ਹੈ ਫਿਰ ਤੁਹਾਨੂੰ ਡਿਗਰੀ ਤੇ ਡਿਪਲੋਮਾ ਚਾਹੀਦਾ ਟਰਾਂਸਕ੍ਰਿਪਟ ਚਾਹੀਦੀਆਂ ਅਦਰਵਾਇਸ ਤੁਹਾਨੂੰ ਈਸੀ ਪ੍ਰੋਵਾਈਡ ਕਰਨੀ ਪੈਣੀ ਹੈ ਪੇ ਸਟੇਟਮੈਂਟ ਚਾਹੀਦੀਆਂ ਹੈਗੀਆਂ ਜਿਹੜੀ ਸਟੇਟਮੈਂਟ ਆਫ ਅਰਨਿੰਗਸ ਹੈਗੀਆਂ ਫਾਰ ਦਾ ਪਾਸਟ 3 ਮਨਸ ਉਹ ਸਾਰੀਆਂ ਤੁਹਾਨੂੰ ਪ੍ਰੋਵਾਈਡ ਕਰਨੀਆਂ ਰੈਫਰੈਂਸ ਲੈਟਰ ਪ੍ਰੋਵਾਈਡ ਕਰਨੀਆਂ ਪ੍ਰੋਪਰ ਅਫੀਸ਼ੀਅਲ ਜਿਹੜਾ ਲੈਟਰ ਹੈਡ ਉਹਦੇ ਤੇ ਤੇ ਜੋਬ ਆਫਰ ਦੀ ਜਿਹੜੀ ਰਿਕੁਆਇਰਮੈਂਟ ਹੈਗੀ ਹੈ ਤੇ ਜੋਬ ਲੈਟਰ ਪ੍ਰੋਵਾਈਡ ਕਰਨੀ ਜਾਂ এমਪਲੋਇਮੈਂਟ ਕੰਟਰੈਕਟ ਪ੍ਰੋਵਾਈਡ ਕਰਨਾ ਪੈਣਾ ਉਸ ਤੋਂ ਇਲਾਵਾ ਡਬਲਯੂ CB document. Did I, I employer uh, did I industry documents? A eh, important and eh, no, please deana, dekho, de, make sure ki, you provide this. Okay, you must provide a clearance letter from Workers' Compensation Board, Alberta for your employer. This letter must include eligible WCB industry code or exempt activity as outlined in the tourism and hospitality stream eligibility page. Right. ਤੇ ਉਹ ਉਹਨਾਂ ਨੇ ਇਹ ਵੀ ਮੈਂਸ਼ਨ ਕੀਤਾ ਕਿ ਜਿਹੜੇ ਅਲਬਰਟਾ EMPLOYER OPERATING ਇਨ in EXEMPT INDUSTRIES ਮਸਟ ਰਿਕੁਐਸਟ ਅ ਸਪੈਸ਼ਲ ਕਲੀਨਸ ਲੈਟਰ ਬਾਇ ਕੰਟੈਕਟਿੰਗ WCB EMPLOYMENT EMPLOYER ਅਕਾਊਂਟ ਰਾਈਟ ਸੋ ਉਹਨਾਂ ਨੇ ਅੱਗੇ ਇਨਫੋਰਮੇਸ਼ਨ ਵੀ ਦਿੱਤੀ ਹੈ ਕਿ ਕਿੱਥੇ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਨਾਲ ਉਹਨਾਂ ਨੇ ਕਿਹਾ ਇੰਡਸਟਰੀ ਐਸੋਸੀਏਸ਼ਨ ਤੇ ਐਕਸਪੀਰੀਅੰਸ ਪ੍ਰੋਵਾਈਡਰ ਸੋ ਇਹਦੇ ਰਿਲੇਟਡ ਉਹਨਾਂ ਨੇ ਕਿਹਾ ਕਿ ਜਿਹੜੀ ਤੁਹਾਡੀ ਮੈਂਬਰਸ਼ਿਪ ਹੈਗੀ ਹੈ ਕਿਉਂਕਿ ਐਸੋਸੀਏਸ਼ਨ ਦਾ ਮੈਂਬਰ ਹੋਣਾ ਜ਼ਰੂਰੀ ਹੈਗਾ ਉਹਦੇ ਕੇਸ ਵਿੱਚ ਮੈਂਬਰਸ਼ਿਪ ਕਾਰਡ ਪ੍ਰਿੰਟ ਆਊਟ ਆਫ ਯਰ ਕਰੰਟ ਆਨਲਾਈਨ ਅਕਾਊਂਟ ਤੇ ਈਮੇਲ ਫਰਮ ਦਾ ਐਸੋਸੀਏਸ਼ਨ ਕਨਫਰਮਿੰਗ ਮੈਂਬਰਸ਼ਿਪ ਸਟੇਟਸ ਉਧਰ ਰਿਲੇਟਡ ਡਾਕੂਮੈਂਟ ਪ੍ਰੋਵਾਈਡ ਕਰ ਸਕਦੇ ਆ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਏਮਪਲੋਇਰ ਕੁਆਲੀਫਾਈ ਬੇਸਡ ਔਨ ਐਨ ਐਕਸਪੀਰੀਅੰਸ ਪ੍ਰੋਵਾਈਡਰ ਮਤਲਬ ਉਹ ਐਸੋਸੀਏਸ਼ਨ ਦਾ ਮੈਂਬਰ ਬਣ ਹੀ ਨਹੀਂ ਸਕਦਾ ਕਿਉਂਕਿ ਉਹ ਐਸੋਸੀਏਸ਼ਨ ਐਗਜ਼ਿਸਟ ਹੀ ਨਹੀਂ ਕਰਦੀ ਤਾਂ ਦੇ ਮਸਟ ਪ੍ਰੋਵਾਈਡ ਅ ਪ੍ਰਿੰਟ ਆਊਟ ਫਰਮ ਦਾ ਟਰੈਵਲ ਅਲਬਰਟਾ ਵੈਬਸਾਈਟ ਰਾਈਟ ਸੋ ਇਸ ਤੋਂ ਇਲਾਵਾ ਹੈਗਾ ਡਿਪੈਂਡੈਂਟਸ ਦੇ ਫਾਰਮ ਹੈਗੇ ਤੇ ਯੂਜ਼ ਆਫ ਰੈਪ ਫਾਰਮ ਹੈ ਤੇ ਇਹ ਜਿਹੜੀ ਤੁਸੀਂ ਐਪਲੀਕੇਸ਼ਨ ਹੈ ਉਹ ਸਬਮਿਟ ਕਰ ਦੇਣੀ ਹੈ So, if you need help, my contact information is 437 848 You can book an appointment by visiting my website www.dilimigration.com. I YouTube handle at Dil Sandhu Talks. I videos. I hope you like this video as well. Subscribe to the channel, hit the bell icon so that you are notified when I in create video create video. So, all the very best, and I wish you good luck for your Canadian immigration journey.